ਦੇਖ ਲਓ ਜੀ ਪਹਿਲਾਂ ਪਾਈਆਂ ਸੀ B20 ਮਗਰ ਫਾਰਮ ਟਰੈਕ ਸੱਟ ਦੇ ਮਗਰ ਜੀ ਤਵੀਆਂ, ਅਤੇ ਆਪਣੇ ਹੋਲੈਂਡ ਨੇ ਆਪਣੇ ਤਵੀਆਂ ਸੀ ਪਾਈਆਂ ਅਤੇ ਤਵੀਆਂ ਸੀ ਕੱਢੀਆਂ। ਫਾਰਮ ਟਰੈਕ ਸੱਟ ਤਾਂ ਜੀ ਤੁਰਿਆ ਹੀ ਨਹੀਂ। ਵੀਰੇ ਹੋਲੈਂਡ ਚੱਲ ਗਿਆ, ਉੱਥੋਂ ਟਰੈਕਟਰ ਹੋ ਕੇ ਤੁਰਦਾ ਹੀ ਨਹੀਂ ਜੀ। ਹੈਲੋ ਜੀ, ਸਾਡਾ ਇਹ ਸੁਪਰ ਮੈਕਸ EPI, ਆ ਦੇਖ ਲਓ ਜੀ ਇਹ EPI T20 ਹੈ, ਇਹ T20 ਹੈ ਜੀ, ਇਹ ਕਹਿੰਦੇ ਇਹਨੂੰ T20 ਗੇਅਰ ਲੱਗਾ ਹੋਇਆ ਅਤੇ ਇੰਜਣ ਫਰੀ ਕਰ ਦਿੰਦਾ, ਦੇਖ ਲਓ ਜੀ ਇੰਜਣ ਕਿੰਨਾ ਕੁ ਫਰੀ ਕੀਤਾ ਆ। ਇਹ 3602 ਨਾਲ ਡੈਮੋ ਚੱਲਦੀ ਹੈ ਜੀ, ਅਤੇ ਉਹ ਲੈਂਕਾ ਖੋਲ੍ਹ ਕੇ ਦੋ ਬੋਰੇ ਰੱਖ ਕੇ ਤੁਰਦਾ ਹੈ, ਅਤੇ ਲੈਂਕਾ ਪਾ ਕੇ ਨਹੀਂ ਤੁਰਿਆ, ਅਤੇ ਹੁਣ ਲੈਂਕਾ ਖੋਲ੍ਹ ਕੇ ਹੀ ਤੁਰੂਗਾ। ਲਾਓ ਜੀ ਲਾਓ T20 ਗੇਅਰ ਲਾਓ ਇਹਦਾ ਭਾਅ ਜੀ, ਮਾੜਾ ਜਿਹਾ ਭਾਅ ਦੇਖੀਏ। ਇਹ ਆ ਭਾਅ ਜੀ, ਹੁਣੀ ਕਹਿੰਦੇ ਸੀ ਜੀ 3600 'ਚ ਪਾਣੀ ਪਾਇਆ, ਆਹ ਕੀਤਾ ਆ ਪਾਣੀ ਕੱਢ ਕੇ ਚਲਾ ਤਾ, ਦੇਖ ਲਓ ਜੀ ਬਿਨਾਂ ਪਾਣੀ ਤੋਂ ਚੱਲਦਾ ਹੋਇਆ। ਇਹ 60 EPI T20 ਦੇਖ ਲਓ ਜੀ, ਕੱਢ ਲਓ ਸਾਫ, ਠੀਕ ਹੈ ਠੀਕ ਹੈ।